ਬਾਈ ਜੀ ਦਾ ਬਹੁਤ ਹੀ ਵਧੀਆ ਮਿਲਨਸਾਰ ਸੀ, ਪਿਆਰ ਮੁਹੱਬਤ ਹਸਾ ਖੇਡਾ ਕਰਦਾ ਰਹਿਣਾ। ਜਦੋਂ ਵੀ ਸਾਡਾ ਪੁੱਛਣ ਤੋਂ ਪਹਿਲਾਂ ਸਾਡੇ ਘਰਦਿਆਂ ਦਾ ਹਾਲ ਪੁੱਛਦੇ ਸੀ ਬਾਈ ਜੀ, ਔਰ ਚੰਗਾ ਲੱਗਦਾ ਸੀ, ਔਰ ਸੈੱਟ ਦੇ ਵਿੱਚ ਵੀ ਪੂਰਾ ਪ੍ਰੋਟੈਕਸ਼ਨ ਦੇ ਕੇ ਰੱਖਣਾ। ਕੋਈ ਡਾਇਲੋਗ ਬੋਲਦੇ ਹੋਏ ਜਾਂ ਕੋਈ ਸ਼ੋਟ ਦਿੰਦੇ ਹੋਏ ਜੇ ਗਲਤੀ ਹੋ ਜਾਂਦੀ ਸੀ, ਬਾਈ ਜੀ ਉਸ ਨੂੰ ਸਹੀ ਕਰਾਉਂਦੇ ਸੀ, ਔਰ ਉਹਦੀ ਰਿਹਰਸਲ ਵੀ ਸਾਨੂੰ ਕਰਵਾਉਂਦੇ ਸੀ, ਔਰ ਵਧੀਆ ਲੱਗਦਾ ਸੀ। ਔਰ 45 ਦਿਨ ਇਹ ਨਹੀਂ ਪਤਾ ਲੱਗਿਆ ਕਿ 45 ਦਿਨ ਕਿੱਦਾਂ ਚੱਲੇ, ਇੱਦਾਂ ਲੱਗਿਆ ਜਿੱਦਾਂ ਘਰ ਦਾ ਹੀ ਮਾਹੌਲ ਹੁੰਦਾ ਆ। ਇਲੈਕਸ਼ਨ ਕੰਪੇਨ ਦੀਆਂ ਜ਼ਰੂਰ ਖਬਰਾਂ ਸੁਣਦੇ ਸੀ, ਲੇਕਿਨ ਇਹ ਜਦ ਨਿਊਜ਼ ਮਿਲੀ ਤਾਂ ਬਿਲਕੁਲ ਹੀ ਯਕੀਨ ਨਹੀਂ ਹੋ ਰਿਹਾ ਸੀ। ਔਰ ਮੈਂ ਭਾਨੀ ਸਿੱਧੂ ਨੂੰ ਔਰ ਚਾਚਾ ਜੀ ਨੂੰ ਫੋਨ ਲਾਇਆ, ਲੇਕਿਨ ਉਹਨਾਂ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਕਿ ਇੱਦਾਂ ਦਾ ਕੋਈ ਹੋ ਗਿਆ। ਬਿਲਕੁਲ ਹੀ ਯਕੀਨ ਨਹੀਂ ਹੋਇਆ ਕਿ ਇੱਦਾਂ ਦੀ ਕੋਈ ਮੰਦਭਾਗੀ ਘਟਨਾ ਵਾਪਰ ਗਈ ਹੈ। ਮੈਡਮ ਜਦੋਂ ਮੈਨੂੰ ਕਾਲ ਆਈ ਸੀ, ਮੈਨੂੰ ਵਾਕਈ ਬਹੁਤ ਵਧੀਆ ਲੱਗਾ ਸੀ, ਕਿਉਂਕਿ ਉਸ ਤੋਂ ਪਹਿਲਾਂ ਬਾਈ ਜੀ ਦੇ ਗਾਣੇ ਸੁਣੀ ਦੇ ਸੀ, ਮਤਲਬ ਬਾਈ ਜੀ ਦੇ ਬਾਰੇ ਸੁਣੀ ਦਾ ਜ਼ਰੂਰ ਸੀ, ਲੇਕਿਨ ਜਦੋਂ ਕਾਲ ਆਉਂਦੀ ਹੈ ਤਾਂ ਇੱਦਾਂ ਲੱਗਿਆ ਕਿ ਡ੍ਰੀਮ ਕਮਸ ਟ੍ਰੂ, ਕਿਉਂਕਿ ਐਡੇ ਵੱਡੇ ਸੁਪਰ ਸਟਾਰ ਦੇ ਨਾਲ ਫਸਟ ਬ੍ਰੇਕ ਮਿਲਣਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ। ਅਤੇ ਮੈਨੂੰ ਵਾਕਈ ਬੜੀ ਖੁਸ਼ੀ ਹੋਈ ਸੀ, ਇੱਦਾਂ ਲੱਗਾ ਵੀ ਜਿਹੜੀ ਮੇਰੀ 2014 ਦੀ ਮੇਰੀ ਜਰਨੀ ਚੱਲਦੀ ਚੱਲ ਰਹੀ ਹੈ, ਔਰ 2020-21 ਦੇ ਵਿੱਚ ਉਹ ਚੀਜ਼ ਜਿਹੜੀ ਮੇਰੀ ਸਟਰਗਲ ਸੀ ਕੁਛ ਮੈਨੂੰ ਹੱਦ ਤੱਕ ਖਤਮ ਹੁੰਦੀ ਲੱਗੀ। ਤਾਂ ਮੈਨੂੰ ਬੜਾ ਹੀ ਵਧੀਆ ਲੱਗਾ ਸੀ ਕਿ ਚਲੋ ਤੁਹਾਨੂੰ ਇੱਕ ਵਧੀਆ ਬੰਦੇ ਨਾਲ, ਵਧੀਆ ਸੁਪਰ ਸਟਾਰ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ। ਤੇ ਫਿਰ ਸੈਟਸ ਦੀਆਂ ਕਾਫੀ ਯਾਦਾਂ ਹੋਣਗੀਆਂ ਜੋ ਉਹਨਾਂ ਨਾਲ ਜੁੜੀਆਂ ਹੋਣਗੀਆਂ। ਹਾਂਜੀ, ਇਹਦਾ ਆਪਾਂ ਗੱਲ ਕਰ ਲੈਣੇ, ਇਨਸਾਨ ਦੇਖਣ 'ਚ ਕੁਛ ਹੋਰ ਹੁੰਦਾ ਹੈ, ਬਟ ਜੋ ਨਿੱਜੀ ਸੁਭਾਅ ਉਹਨਾਂ ਦਾ ਕੁਛ ਹੋਰ ਹੁੰਦਾ ਹੈ। ਹਾਂਜੀ, ਬਾਈ ਜੀ ਦਾ ਬਹੁਤ ਹੀ ਵਧੀਆ ਮਿਲਨਸਾਰ ਸੀ, ਪਿਆਰ ਮੁਹੱਬਤ ਹਸਾ ਖੇਡਾ ਕਰਦਾ ਰਹਿਣਾ, ਔਰ ਉਹ ਜਾਨ ਜਾਨ ਕਹਿ ਕੇ ਬੁਲਾਉਂਦੇ ਸੀ ਬਾਈ ਜੀ, ਹੋਰ ਜਾਨ ਕੀ ਹਾਲ ਆ, ਜਾਨ ਠੀਕ ਹੈ, ਘਰੇ ਠੀਕ ਹੈ, ਔਰ ਜਦੋਂ ਵੀ ਸਾਡਾ ਪੁੱਛਣ ਤੋਂ ਪਹਿਲਾਂ ਸਾਡੇ ਘਰਦਿਆਂ ਦਾ ਹਾਲ ਪੁੱਛਦੇ ਸੀ ਬਾਈ ਜੀ, ਔਰ ਚੰਗਾ ਲੱਗਦਾ ਸੀ, ਔਰ ਸੈੱਟ ਦੇ ਵਿੱਚ ਵੀ ਪੂਰਾ ਪ੍ਰੋਟੈਕਸ਼ਨ ਦੇ ਕੇ ਰੱਖਣਾ। ਕੋਈ ਡਾਇਲੋਗ ਬੋਲਦੇ ਹੋਏ ਜਾਂ ਕੋਈ ਸ਼ੋਟ ਦਿੰਦੇ ਹੋਏ ਜੇ ਗਲਤੀ ਹੋ ਜਾਂਦੀ ਸੀ, ਬਾਈ ਜੀ ਉਸ ਨੂੰ ਸਹੀ ਕਰਾਉਂਦੇ ਸੀ, ਔਰ ਉਹਦੀ ਰਿਹਰਸਲ ਵੀ ਸਾਨੂੰ ਕਰਵਾਉਂਦੇ ਸੀ, ਔਰ ਵਧੀਆ ਲੱਗਦਾ ਸੀ। ਔਰ 45 ਦਿਨ ਇਹ ਨਹੀਂ ਪਤਾ ਲੱਗਿਆ ਕਿ 45 ਦਿਨ ਕਿੱਦਾਂ ਚੱਲੇ, ਇੱਦਾਂ ਲੱਗਿਆ ਜਿੱਦਾਂ ਘਰ ਦਾ ਹੀ ਮਾਹੌਲ ਹੁੰਦਾ ਆ। ਔਰ ਮੂਵੀ ਦੇ ਵਿੱਚ ਕੀ ਤੁਹਾਡਾ ਰੋਲ ਕੀ ਸੀ? ਉਹਦੇ ਵਿੱਚ ਮੈਡਮ ਬਾਈ ਦੇ ਉਹਦੇ ਵਿੱਚ 3-4 ਮੈਨੂੰ ਕਰੈਕਟਰ ਔਫਰ ਹੋਏ ਸੀ, ਲੇਕਿਨ ਸਿੱਧੂ ਬਾਈ ਨੇ ਇਹ ਚਾਹੁੰਦੇ ਸੀ ਕਿ ਨਵਾਂ ਮੁੰਡਾ ਹੈਗਾ ਯਾਰ, ਇਹਨੇ ਅੱਗੇ ਵੀ ਕੰਮ ਕਰਨਾ ਹੈਗਾ। ਔਰ ਫਿਲਮ ਦੇ ਵਿੱਚ ਉਹਨਾਂ ਨੇ ਮੈਨੂੰ ਇੱਕ ਲੈਂਥੀ ਰੋਲ ਦਿੱਤਾ ਸੀ ਜਿਹੜਾ ਕਿ 45 ਦਿਨ ਬਾਈ ਦੇ ਨਾਲ ਹੀ ਰਹਿਣ ਵਾਲਾ, ਉਹਨਾਂ ਨੇ ਅਜੇ ਆਪਣੇ ਫਰੈਂਡ ਦਾ, ਐਡਵਾਈਜ਼ਰ ਦਾ ਔਰ ਬ੍ਰਦਰ ਦਾ ਰੋਲ ਸੀ ਫਿਲਮ ਦੇ ਵਿੱਚ, ਉਹ ਮੈਨੂੰ ਦਿੱਤਾ ਸੀ ਉਹਨਾਂ ਨੇ ਜੀ। ਜਿੱਦਾਂ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ, ਹਾਂਜੀ, ਉਸ ਸਮੇਂ ਕੋਈ ਨਾ ਕੋਈ ਤੁਸੀਂ ਪਲਾਨਿੰਗ ਕੀਤੀ ਹੋਣੀ ਬਾਈ ਸਿੱਧੂ ਮੂਸੇਵਾਲੇ ਦੀ ਫਿਲਮ ਤੋਂ ਬਾਅਦ, ਤੁਹਾਨੂੰ ਹੋਰ ਕੀ ਡਿਸਕਸ ਹੋਈ ਵੀ ਅੱਗੇ ਕੋਈ ਮੂਵੀ ਲਈ ਪਲਾਨ ਕੀਤਾ ਹੋਵੇ ਜਾਂ ਕਿਸੇ ਸੌਂਗ ਲਈ? ਹਾਂਜੀ ਹਾਂਜੀ, ਇਹ ਗੱਲ ਹਮੇਸ਼ਾ ਬਾਈ ਜੀ ਨਾਲ ਮੈਂ, ਕਿਉਂਕਿ ਮੇਰਾ ਨਾ ਦਿਲੀ ਤਮੰਨਾ ਸੀ ਕਿ ਬਾਈ ਜੀ ਮੈਂ ਤੁਹਾਡੇ ਨਾਲ ਗਾਣਿਆਂ ਦੇ ਵਿੱਚ ਮਾਡਲਿੰਗ ਕਰਾਂ, ਔਰ ਬਾਈ ਜੀ ਨੂੰ ਹਮੇਸ਼ਾ ਮੈਂ ਕਹਿੰਦਾ ਸੀ ਜਦ ਕਦੀ ਬਾਈ ਜੀ ਮੈਨੂੰ ਚੰਡੀਗੜ੍ਹ ਮਿਲਦੇ ਸੀ ਜਾਂ ਕਦੀ ਬਾਈ ਨੂੰ ਮੈਂ ਮਿਲਣ ਮਾਨਸੇ ਚਲੇ ਜਾਂਦਾ ਸੀ, ਔਰ ਬਾਈ ਜੀ ਕਹਿੰਦੇ ਸੀ, ਕਹਿੰਦੇ ਹਾਂਜੀ ਹਾਂਜੀ ਮੈਂ ਜ਼ਰੂਰ ਕਰਾਂਗੇ, ਮੈਂ ਇੱਕ ਤੁਹਾਡੇ ਮੁਤਲਕ ਦਾ ਇੱਕ ਗਾਣਾ ਲਿਖ ਕੇ ਉਹਦੇ ਵਿੱਚ ਅਸੀਂ ਤੁਹਾਡੀ ਫੀਚਰਿੰਗ ਜ਼ਰੂਰ ਕਰਾਵਾਂਗੇ। ਔਰ ਮੈਂ ਹਮੇਸ਼ਾ ਮੇਰਾ ਇਹੀ ਰਹਿੰਦਾ ਸੀ, ਬਾਈ ਜੀ ਯਾਰ 45 ਦਿਨ ਕੰਮ ਕੀਤੇ, ਪਤਾ ਨਹੀਂ ਚੱਲਿਆ ਕਿੱਦਾਂ 45 ਦਿਨ ਗੁਜ਼ਰ ਗਏ, ਔਰ ਕਹਿੰਦੇ ਕੋਈ ਗੱਲ ਨਹੀਂ ਬਾਈ ਅਸੀਂ ਇੱਦਾਂ ਵੀ ਅੱਗੇ ਫਿਊਚਰ 'ਚ ਵੀ ਕੰਮ ਕਰਦੇ ਰਹਾਂਗੇ। ਜਿੱਦਾਂ ਕਿ ਮੰਦਭਾਗੀ ਇੱਕਦਮ ਖਬਰ ਆਉਂਦੀ ਹੈ ਸੋਸ਼ਲ ਮੀਡੀਆ 'ਤੇ ਜਾਂ ਟੀਵੀ 'ਤੇ ਵੀ ਬਾਈ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ, ਯਕੀਨ ਹੁੰਦਾ ਉਸ ਸਮੇਂ ਵੀ ਯਾਰ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰ? ਨਹੀਂ ਨਹੀਂ ਬਾਈ ਜੀ, ਬਿਲਕੁਲ ਹੀ ਯਕੀਨ ਨਹੀਂ ਹੁੰਦਾ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇੱਦਾਂ ਵੀ ਹੋ ਸਕਦਾ ਹੈਗਾ, ਕਿਉਂਕਿ ਉਸ ਤੋਂ ਪਹਿਲਾਂ ਬਾਈ ਜੀ ਦੀਆਂ ਉਹ ਇਲੈਕਸ਼ਨ ਕੰਪੇਨ ਦੀਆਂ ਜ਼ਰੂਰ ਖਬਰਾਂ ਸੁਣਦੇ ਸੀ, ਲੇਕਿਨ ਇਹ ਜਦ ਨਿਊਜ਼ ਮਿਲੀ ਤਾਂ ਬਿਲਕੁਲ ਹੀ ਯਕੀਨ ਨਹੀਂ ਹੋ ਰਿਹਾ ਸੀ। ਔਰ ਮੈਂ ਭਾਨੀ ਸਿੱਧੂ ਨੂੰ ਔਰ ਚਾਚਾ ਜੀ ਨੂੰ ਫੋਨ ਲਾਇਆ, ਲੇਕਿਨ ਉਹਨਾਂ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਕਿ ਇੱਦਾਂ ਦਾ ਕੋਈ ਹੋ ਗਿਆ। ਬਿਲਕੁਲ ਹੀ ਯਕੀਨ ਨਹੀਂ ਹੋਇਆ ਕਿ ਇੱਦਾਂ ਦੀ ਕੋਈ ਮੰਦਭਾਗੀ ਘਟਨਾ ਵਾਪਰ ਗਈ ਹੈ। ਜੀ ਅੱਜ ਦੀ ਇੰਡਸਟਰੀ ਦੀ ਗੱਲ ਕਰੀਏ ਸਰ, ਕਾਫੀ ਵੱਖਰੀ ਹੋ ਚੁੱਕੀ ਹੈ, ਤੁਹਾਡੇ ਹਿਸਾਬ ਦੇ ਨਾਲ ਕਿ ਅੱਜ ਦੀ ਇੰਡਸਟਰੀ ਦੇ ਵਿੱਚ ਇੱਕ ਟੈਲੈਂਟ ਦਾ ਆਪਾਂ ਕਹਿ ਸਕਦੇ ਹਾਂ ਵੀ ਬੰਦੇ ਨੂੰ ਟੈਲੈਂਟ ਤੋਂ ਜੱਜ ਕੀਤਾ ਜਾਂਦਾ ਹੈ ਜਾਂ ਪੈਸੇ ਤੋਂ? ਮੈਡਮ ਦੇਖੋ, ਜੋ ਟੈਲੈਂਟ ਹੈ ਔਰ ਇੱਕ ਪੈਸਾ ਆ, ਇਹ ਇੱਕ ਅਲੱਗ ਅਲੱਗ ਚੀਜ਼ਾਂ ਹੈਗੀਆਂ। ਮਤਲਬ ਪੈਸੇ ਦੇ ਦਮ 'ਤੇ ਕੁਛ ਚਿਰ ਲਈ ਜੀਵਿਤ ਰਹਿ ਸਕਦਾ, ਕੁਛ ਚਿਰ ਲਈ ਇਮੀਡੀਏਟ ਪ੍ਰੋਜੈਕਟ ਕਰਕੇ ਅੱਗੇ ਆ ਸਕਦਾ, ਲੇਕਿਨ ਜੇ ਆਡੀਅੰਸ ਦੀ ਨਜ਼ਰ 'ਚ ਤੁਸੀਂ ਟਿਕੇ ਰਹਿਣਾ, ਜੇ ਤੁਸੀਂ ਟੋਪ 'ਤੇ ਜਾਣਾ ਹੈਗਾ, ਤਾਂ ਉੱਥੇ ਤੁਹਾਡਾ ਟੈਲੈਂਟ ਹੀ ਕੰਮ ਆਊਗਾ, ਕਿਉਂਕਿ ਲੋਕ ਵੀ ਟੈਲੈਂਟ ਨੂੰ ਪਸੰਦ ਕਰਦੇ, ਨਾ ਕਿ ਪੈਸੇ ਨੂੰ। ਪੈਸਾ ਲਾ ਕੇ ਬੰਦਾ ਇੱਕ ਪ੍ਰੋਜੈਕਟ ਕਰ ਲੂਗਾ, ਦੋ ਕਰ ਲੂਗਾ, ਤਿੰਨ ਕਰ ਲੂਗਾ, ਲੇਕਿਨ ਜੇ ਤੁਹਾਡੇ ਕੋਲ ਟੈਲੈਂਟ ਹੀ ਨਹੀਂ ਹੈਗਾ ਤਾਂ ਤੁਹਾਡਾ ਪੈਸਾ ਲਾਇਆ ਵੀ ਬੇਕਾਰ ਹੀ ਜਾਊਗਾ। ਸੋ ਟੈਲੈਂਟ ਕਮਸ ਫਸਟ, ਦਿਸ ਮਨੀ। ਰਾਧਾ, ਧੰਨਵਾਦ। ਥੈਂਕ ਯੂ ਮੈਮ, ਥੈਂਕ ਯੂ ਜੀ।